ਚੱਲ ਵੀ ਜੱਟਾ ਗੱਡੀ ਧੋਣ ਵਾਲੀ ਹੈ। ਸਭ ਤੋਂ ਪਹਿਲਾਂ ਗੱਡੀ ਧੋ ਕੇ ਲੈਣੀ। ਅੱਜ ਦਾ ਜਿਹੜਾ ਬਲੌਗ ਆ ਉਹ ਕਿਸੇ ਖਾਸ ਕਾਰਨ ਕਰਕੇ ਸ਼ੁਰੂ ਕੀਤਾ, ਉਹ ਚੀਜ਼ਾਂ ਅੱਗੇ ਅੱਗੇ ਡਿਸਕਸ ਕਰਾਂਗੇ। ਹੁਣ ਥੋੜ੍ਹਾ ਜਿਹਾ ਬਿਜ਼ੀ ਸੀ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਨਾਮ ਹੈਪੀ ਭੁੱਲਰ ਦੇ ਵਿੱਚ। ਤੁਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਅਤੇ ਆਪਾਂ ਘੈਂਟੀ ਘੈਂਟ ਆ। ਅਤੇ ਮੇਕ ਸ਼ੋਰ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਜਿਹਨਾਂ ਨਹੀਂ ਕੀਤਾ। ਅੱਜ ਆਪਾਂ ਜਾਣਾ ਨਿੱਕੇ ਜਿਹੇ ਸ਼ੂਟ 'ਤੇ, ਤੁਹਾਨੂੰ ਪਤਾ ਹੀ ਗੁਰਿੰਦਰ ਵੀਰੇ ਦਾ, ਜਿਹਨੂੰ ਨਹੀਂ ਪਤਾ ਮੈਂ ਅੱਗੇ ਅੱਗੇ ਮਿਲਾਉਣਾ। ਫਿਲਹਾਲ ਗੱਡੀ ਧਵਾਉਣ ਵਾਲੀ ਆ, ਪਹਿਲਾਂ ਆਪਾਂ ਗੱਡੀ ਧਵਾ ਕੇ ਲਈਏ, ਫਿਰ ਸਿੱਧਾ ਗੁਰਿੰਦਰ ਵੀਰੇ ਕੋਲ ਜਾਣਾ। ਮਿਲਦੇ ਗੱਡੀ ਗੱਡੀ कर गए। हां पता कि पार्किंग च पता लावे मित्रा होया शुरू हो जा 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 ए, ए। आ धोखा कर गई ये। दूजे नंबर वाली तो चलाई नहीं, की लिखिया होंगे दे बैकअप। खिंच के रख कम झग वाला नंबर की झग डिग दी ना। दिस इज माई फेवरेट यार, फेवरेट। दिस इज माई गड्डी साफ करन ते लगे हुए थे। की हाल चाल ने जी? मेरा गुरिंदर वीर ने ਜਿਹਨਾਂ ਨੂੰ ਨਹੀਂ ਪਤਾ, ਪਤਾ ਹੀ ਹੋਣਾ ਸਾਰਿਆਂ ਨੂੰ, ਮੈਂ ਪਰਿਚੇ ਕਰਾਦਾ ਆਪਣੇ ਵੀਡੀਓ ਡਾਇਰੈਕਟਰ ਸਾਹਿਬ। ਕਿਸੇ ਨੇ ਕੋਈ ਵੀ ਤਰ੍ਹਾਂ ਦਾ ਸ਼ੂਟ ਕਰਾਉਣਾ ਹੋਵੇ, ਬਾਕੀ ਵੀ ਆਪਣੇ ਪੁਰਾਣੇ ਸੌਂਗ ਸੁੰਗ ਵੀਰ ਨੇ ਸਾਰੇ ਸ਼ੂਟ ਕੀਤੇ, ਜਿਹਨਾਂ ਨੇ ਮੈਂ ਕਿਹਾ ਤਾਂ ਹੈ ਨਹੀਂ ਕਿ ਸੋਹਣੇ ਕੀਤੇ ਆ, ਮੈਂ ਤਾਂ ਗਿਆ ਸ਼ੂਟ ਕੀਤੇ ਆ। ਫਿਰ ਉਹ ਨਹੀਂ ਬਹੁਤ ਸੋਹਣੇ ਕੀਤੇ ਬਾਈ, ਇੱਥੇ ਦਿੱਤਾ ਹੋਇਆ ਵੀਰੇ ਦੀ ਆਈ ਡੀ ਡੀ, ਤੁਸੀਂ ਕੰਟੈਕਟ ਕਰ ਸਕਦੇ ਹਾਂ ਕੈਨੇਡਾ ਦੇ ਵਿੱਚ। ਕਿਸੇ ਵੀ ਪ੍ਰਕਾਰ ਦਾ ਸ਼ੂਟ ਕਰਾਉਣਾ ਹੋਵੇ ਵੀਰੇ ਨੂੰ ਮਿਲੋ, ਸੰਪਰਕ ਕਰੋ ਅਤੇ ਫੋਲੋ ਫੋਲੋ ਕਰੋ। ਬਾਕੀ ਸਾਰਾ ਕੁਛ ਉੱਥੇ ਪਿਆ ਹੀ ਆ ਵੀਰੇ ਦੀ ਆਈ ਡੀ 'ਤੇ। ਆਹੋ ਉੱਥੇ ਉੱਤੇ ਵਾਵਾ ਲੱਗਦੀ ਹੋਏ ਲੱਗ ਰਹੀ ਆ। ਮੁੰਡਾ ਗੱਡੀ ਲਿਸ਼ਕਾਤੀ ਇਧਰ ਸਟਾਰ ਜੀ ਗਿੰਬਲ ਮੋਟੇ ਤੇ ਰੱਖੀ ਖੜੇ ਨੇ, ਕਹਿੰਦੇ ਗੁਰੂ ਜੀ ਉਤਰਦੇ ਨੇ ਕਿਸੇ ਦੀ ਪ੍ਰਾਪਰਟੀ 'ਚ ਖੜੇ ਆਪਾਂ। ਸਾਹਮਣੇ ਗੋਰਾ ਬੈਠਾ ਕੁਰਸੀ ਤੇ, ਇਧਰ ਹੀ ਵੇਖਣ ਦੀ ਆਈ ਓਏ ਓਏ, ਉਦਾਂ ਵੇਂਦਾ ਹੋਣਾ ਕੀ ਕਰਦੇ ਆ। ਹੋ ਹੋਇਟਾ ਸਾਹਮਣੇ ਕੋਈ ਨਹੀਂ, ਉਹ ਲਾ ਜਾਣਾ ਬਤਾ ਵੀ ਸ਼ੂਟ ਕਰਨ ਲੱਗੇ ਨੇ। ਪਹਿਲਾਂ ਤੇ ਕਹੂੰਗਾ ਤੇ ਭਰਾ ਕਹਾਂਗੇ ਚੁੱਪ ਕਰਕੇ ਭਲਾ ਮਾਨਸੀਆਂ ਤੁਰ ਜੰਨੇ ਸੀ। ਉਹਨੇ ਕੀ ਕਹਿਣਾ ਯਾਰ। आ गया आ गया आ गया अपना व्लॉग आ गया। तो बड़े दिन बाद व्लॉग पा रहे हैं, मतलब इतने हजे काम भी नहीं आप स्टार्ट किया, ये भी नहीं कह सकते भी काम च बिजी सी ता नहीं व्लॉग बनाया, बस इदा ही मतलब इतने आके हजे थोड़ा माइंड सैट जहा उपर नीचे जि कुछ समझ जहा नहीं आ रहा। ठीक है, समझ रहे हैं हजे सारा कुछ कि हाँ उही जिंदगी फिर तो उही सड़क उही सारा कुछ एनी हाउ। ਅਤੇ ਬਾਕੀ ਘਰ ਵਾਲਾ ਕੰਮ ਆਪਾਂ ਮਤਲਬ ਪਾਰਲਰ ਵਾਲਾ ਕੰਮ ਉਹ ਆਪਾਂ ਕਰ ਲਿਆ ਵਾ। ਗਲੈਂਬਾ ਇਨਫ ਜਿਹਨੇ ਜਿਹਨੇ ਨਹੀਂ ਪੇਜ 'ਤੇ ਵਿਜ਼ਿਟ ਕੀਤਾ ਵਿਜ਼ਿਟ ਕਰੋ। ਹਾਂ ਸਾਡਾ ਸ਼ੂਟ 'ਤੇ ਜਾਣਾ ਸੀਗਾ ਅਤੇ ਹੈਪੀ ਚਲੇ ਗਏ ਆ, ਮੈਂ ਕੈਂਸਲ ਕਰਤਾ ਥੋੜ੍ਹਾ ਜਿਹਾ ਨਾ ਸਿਰ ਜਿਹਾ ਦਰਦ ਕਰਦੇ ਸੀ, ਮੈਂ ਕਿਹਾ ਚੱਲ ਮੈਂ ਘਰ ਹੀ ਰਹਿੰਦੀ, ਆਇਲ ਉਇਲ ਮਸਾਜ ਕਰਦੀ ਆ ਥੋੜ੍ਹਾ ਸੈੱਟ ਜਾਊਗਾ। ਅਤੇ ਬਾਕੀ ਥੋੜ੍ਹਾ ਮੂਡ ਜਿਹਾ ਵੀ ਹੈ ਨਾ ਹਜੇ ਉੱਪਰ ਨੀਚੇ ਚੱਲਦਾ, ਕਦੇ ਸਹੀ ਵੀ ਹੋ ਜਾਂਦਾ ਕਦੇ ਨਹੀਂ ਵੀ ਹੋ ਜਾਂਦਾ, ਬਸ ਇੱਦਾਂ ਜਿਹੀ ਹੈ। ਉਹੀ ਹਜੇ ਸਮਝਣ ਨੂੰ ਥੋੜ੍ਹਾ ਟਾਈਮ ਲੱਗੂਗਾ ਕਿ ਇਹ ਦਿਮਾਗ ਤੂੰ ਕੈਨੇਡਾ ਮੈਂ ਹੈ ਅਭੀ, ਸੋ ਕੈਨੇਡਾ ਦੇ ਅਕੋਰਡਿੰਗ ਹੀ ਸੋਚਣਾ ਪਵੇਗਾ। ਚਲੋ ਕੋਈ ਨਹੀਂ, ਇਟਸ ਅ ਪਾਰਟ ਆਫ ਲਾਈਫ, ਚੱਲਦਾ ਹੀ ਰਹਿਣਾ। ਮਤਲਬ ਆਪਣੇ ਨੋਨ ਜਿਹੜੇ ਹੁੰਦੇ ਆ ਉਹਨਾਂ ਦਾ ਹੋਣਾ ਵੀ ਇੱਕ ਬਲੈਸਿੰਗ ਜਿਹੀ ਆ ਆਪਣੇ ਲਈ, ਇੱਕ ਬੜਾ ਵੱਡਾ ਸਹਾਰਾ। ਜਿਵੇਂ ਹੁਣ ਆਪਾਂ ਆਏ ਸੀ ਇੱਥੇ, ਵੀਰੇ ਹੋਣੀ ਹੈਗੇ ਸੀਗੇ ਹੈ ਨਾ, ਅਤੇ ਭੂਆ ਦੀ ਕੁੜੀ ਆ ਉੱਥੇ ਜਾਂ ਇੱਥੇ ਦੀਦੀ ਹੋਣੀ ਆ, ਸੋ ਬੜਾ ਫਰਕ ਪੈ ਜਾਂਦਾ। ਜਿਵੇਂ ਹੁਣ ਇਕੱਲੇ ਰਹਿੰਦੇ ਕਰਕੇ ਇੱਥੇ ਮੂਡ ਜਿਹਾ ਖਰਾਬ ਹੁੰਦਾ ਹੈ ਨਾ, ਜਦੋਂ ਵੀ ਮਨ ਜਿਹਾ ਖਰਾਬ ਹੋਵੇ ਆਪਾਂ ਉੱਧਰ ਚਲੇ ਜਾਂਦੇ ਹਾਂ, ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਬੜਾ ਮਨ ਸਹੀ ਹੋ ਜਾਂਦਾ। ਸੋ ਇਹ ਵੀ ਬੜਾ ਇੱਕ ਹੌਸਲਾ ਜਿਹਾ ਹੀ ਹੁੰਦਾ ਕਿ ਚਲੋ ਕੋਈ ਹੈਗਾ। ਲਓ ਜੀ, ਆਇਲ ਮਸਾਜ ਤਾਂ ਆਪਣੀ ਡਨ ਹੋ ਗਈ ਆ। ਅਤੇ ਅੱਜ ਕੱਲ੍ਹ ਨਾ ਹੇਅਰ ਡੈਮੇਜ ਬਹੁਤ ਹੁੰਦਾ ਹਰ ਤਰ੍ਹਾਂ ਨਾਲ, ਸਨਲਾਈਟ ਨਾਲ ਇਫੈਕਟ ਹੋ ਕੇ, ਕਿਸੇ ਦਾ ਪ੍ਰੋਡਕਟਸ ਦੇ ਨਾਲ ਹੁੰਦਾ, ਜਿੱਦਾਂ ਆਪਾਂ ਕੈਮੀਕਲ ਬਹੁਤ ਜ਼ਿਆਦਾ ਯੂਜ਼ ਕਰਦੇ ਉਹਦੇ ਨਾਲ। ਸੋ ਹੇਅਰ ਫਾਲ ਦੀ ਪ੍ਰੋਬਲਮ ਹਰੇਕ ਨੂੰ ਅੱਜ ਕੱਲ੍ਹ ਆਉਂਦੀ ਹੀ ਆਉਂਦੀ ਆ। ਸੋ ਮੈਂ ਯੂਜ਼ ਕਰ ਰਹੀ ਹਾਂ ਮਾਮਾ ਅਰਥ ਦੀ ਹਿਬਿਸਕਸ ਡੈਮੇਜ ਰਿਪੇਅਰ ਰੇਂਜ ਹੇਅਰ ਆਇਲ ਹੈ ਐਂਡ ਹੇਅਰ ਸ਼ੈਂਪੂ ਹੈ। ਸੋ ਮਾਮਾ ਅਰਥ ਦੇ ਇਸ ਹੇਅਰ ਆਇਲ ਦੇ ਵਿੱਚ ਕਰੀ ਲੀਵਸ ਐਂਡ ਹਿਬਿਸਕਸ ਦੇ ਪ੍ਰੈਜੈਂਸ ਹੋਣ ਕਰਕੇ ਹੇਅਰ ਨੂੰ ਸਟਰੋਂਗ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਐਂਡ ਨਰਿਸ਼ਮੈਂਟ ਪ੍ਰੋਵਾਈਡ ਕਰਦਾ। ਉੱਪਰ ਆਪਾਂ ਨੂੰ ਇੱਕ ਐਪਲੀਕੇਟਰ ਦਿੱਤਾ ਹੁੰਦਾ, ਸੋ ਆਪਾਂ ਚੰਗੀ ਤਰ੍ਹਾਂ ਅਪਲਾਈ ਕਰ ਲੈਣਾ। ਸੋ ਨੈਕਸਟ ਇਸ ਮਾਮਾ ਅਰਥ ਹਿਬਿਸਕਸ ਡੈਮੇਜ ਰਿਪੇਅਰ ਸ਼ੈਂਪੂ। ਸੋ ਮੈਂ ਸ਼ੈਂਪੂ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮਾਮਾ ਅਰਥ ਦੀ ਇਸ ਰੇਂਜ ਦੇ ਸਾਰੇ ਪ੍ਰੋਡਕਟਸ ਸੂਟੇਬਲ ਨੇ ਹਰੇਕ ਸਕਿਨ ਟਾਈਪ ਦੇ ਉੱਪਰ, ਇਹ ਡਰਮਾਟੋਲੋਜੀਕਲੀ ਟੈਸਟਡ ਨੇ। ਇਸ ਸ਼ੈਂਪੂ ਦੇ ਵਿੱਚ ਵੀ ਕਰੀ ਲੀਵਸ ਐਂਡ ਹਿਬਿਸਕਸ ਦੀ ਪ੍ਰੈਜੈਂਸ ਹੈ। ਹਿਬਿਸਕਸ ਦੀ ਪ੍ਰੈਜੈਂਸ ਹੋਣ ਕਰਕੇ ਹੇਅਰ ਨੂੰ ਡਰਾਈ
ਡਰਾਈ ਹੋਣ ਤੋਂ ਪ੍ਰੋਟੈਕਸ਼ਨ ਮਿਲਦੀ ਹੈ ਔਨ ਦਾ ਅਦਰ ਹੈਂਡ ਜਿਹੜਾ ਕਰੀ ਲੀਵਸ ਹੈ ਹੇਅਰ ਫਾਲ ਹੋਣ ਤੋਂ ਹੇਅਰ ਦੇ ਡੈਮੇਜ ਨੂੰ ਰਿਪੇਅਰ ਕਰਨ ਤੋਂ ਹੈਲਪ ਕਰ ਸੋ ਪਹਿਲਾਂ ਮੇਰੇ ਹੇਅਰ ਕਾਫੀ ਡਰਾਈ ਹੁੰਦੇ ਸੀ ਤੇ ਕੋਈ ਇਲਾਸਟੀਸਿਟੀ ਨਹੀਂ ਸੀ ਹੁੰਦੀ ਹੁਣ ਤੁਸੀਂ ਦੇਖ ਸਕਦੇ ਹੋ ਸਾਰੀਆਂ ਪ੍ਰੋਬਲਮਸ ਹੀ ਸੋਲਵ ਹੋ ਗਈਆਂ ਸੋ ਰਿਜ਼ਲਟਿੰਗ ਇਨ ਟੂ ਸਟਰੋਂਗਰ ਸ਼ਾਈਨੀਅਰ ਐਂਡ ਨਰਿਸ਼ਡ ਹੇਅਰ ਵਿਦ ਦ ਹੈਲਪ ਆਫ ਦਿਸ ਮਾਮਾ ਅਰਥ ਹਿਬਿਸਕਸ ਡੈਮੇਜ ਰਿਪੇਅਰ ਹੇਅਰ ਰੇਂਜ ਐਂਡ ਮੈਨੂੰ ਮਾਮਾ ਅਰਥ ਦੀ ਇੱਕ ਚੀਜ਼ ਹੋਰ ਬਹੁਤ ਵਧੀਆ ਲੱਗਦੀ ਕਿ ਜਦੋਂ ਵੀ ਆਪਾਂ ਕੋਈ ਵੀ ਚੀਜ਼ ਆਰਡਰ ਕਰਦੇ ਤੇ ਆਪਾਂ ਨੂੰ ਇੱਕ ਸਾਈਡ ਦੇ ਨਾਲ ਲਿੰਕ ਕਰ ਦਿੰਦੀ ਹੈ ਜਿਹੜਾ ਆਪਣੇ ਹਰ ਆਰਡਰ ਦੇ ਨਾਲ ਇੱਕ ਟ੍ਰੀ ਪਲਾਂਟ ਕਰਦਾ ਕਿਉਂਕਿ ਮਾਮਾ ਅਰਥ ਦਾ ਏਮ ਹੈ 2025 ਤੱਕ 1 million ਟ੍ਰੀ ਪਲਾਂਟ ਕਰਨਾ ਸੋ 20% ਡਿਸਕਾਊਂਟ ਦੇ ਲਈ ਤੁਸੀਂ ਆਪਣਾ ਕੂਪਨ ਕੋਡ ਜ਼ਰੂਰ ਯੂਜ਼ ਕਰ ਲਿਓ ਨਾਵ ਹੈਪੀ 2024 ਬਾਕੀ ਸਾਰੇ ਲਿੰਕਸ ਆਪਣੇ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਨੇ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਬਾਕੀ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਕਿ ਮਾਮਾ ਅਰਥ ਦੇ ਸਾਰੇ ਪ੍ਰੋਡਕਟਸ ਨਾਇਕਾ ਐਮਾਜ਼ਾਨ ਐਂਡ ਫਲਿੱਪਕਾਰਟ ਤੇ ਤਾਂ ਅਵੇਲੇਬਲ ਹੈਗੇ ਨੇ ਹੁਣੇ ਨੀਅਰ ਬਾਏ ਸਟੋਰ 'ਚ ਵੀ ਅਵੇਲੇਬਲ ਨੇ ਸੋ ਅਗਰ ਤੁਸੀਂ ਆਪਣੇ ਨੀਅਰ ਬਾਏ ਸਟੋਰ ਤੇ ਕੋਈ ਵੀ ਮਾਮਾ ਅਰਥ ਦੇ ਪ੍ਰੋਡਕਟ ਨੂੰ ਦੇਖਦੇ ਹੋ ਤਾਂ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਮੱਠੀ 'ਚ ਰੱਖ ਕੇ ਜਾਂ ਸੜਕ ਤੇ ਰੱਖੀ ਮੱਠੀ 'ਚ ਰੱਖ ਕੇ ਸੜਕ ਤੇ ਰੱਖੀ ਓਕੇ ਰੈਡੀ ਰੈਡੀ ਚੱਲ ਕੋਈ ਨੀ ਕਰ ਕਰ ਆਜਾ ਆਜਾ थोड़ी लंडी करके जाने मौसम सही है थले थले आ खोलता मैं तो चकना ही ओके आ देखना यार आ चार नहीं बस इन ला एक इधर बस बस एक आ, एक आहा तीन चौथा बस चक दे आहो पिछे सड़ दने पानी दी बोतल लगी बनिया पईआं रंग कुछ ज्यादा नहीं अथरे आउन डे एडी गोरे पता है सामने सूरज पै रहा ना सामने सूरज पै रहा तो यार जो पिछे व्लॉग वेखिया ना काफी दिन पहला तो बनया पिया हजे ओनू कॉन्टीन्यू करना है ना तो किन्ने दिन हो व्लॉग नहीं सी पाया तो मैं सोचा चल इन आप खत्म करिए उदन के वेलिया जिन्हें मर्जी व्लॉग व्लूग बना सकते बस वैसे ही थोड़ा दिमाग बस वैसे ही मतलब हो ही जाता बंदा आया हो तीन चार है ना महीने पांच साढ़े पांच छे महीने लागे आए ऑलमोस्ट तो थोड़ा जहा सिस्टम जहा थोड़ा हौली हौली सैट आऊगा कोई नहीं व्लॉग वगैरह स्टार्ट करते हैं हौली हौली करते हैं सब कुछ लियाने लैन एक थोड़ा जहा ठंड है ना ज्यादा घूम फिर भी थोड़ी जी गर्मी आ जाए फिर आप देखते हैं यार अज है ना मे बी ओ व्लॉग जो पिछे मैं नाम ही अपलोड करता वह तो जस्ट एक वैसे ही एड ऑन कर देने लगा बनया पाया एक ना चीज़ डिस्कस करनी सी सानू ना मैं नाल स्क्रीनशॉट ऐड करूँगा किसी अपना रैंडमली इदा ही है ना इंस्टाग्राम के थ्रू ही उन्हें ना जेडे नाव वैसे तुम्हें पता हो नाव कैनेडा सलाउन का काम करती है सो ग्लैम बाय नाव 0746 तुम कॉन्टैक्ट कर सकते हैं ब्रैंट नाल ये वीडियो है ना तो सलाउन वाले नंबर पर है ना आया तो जोड़ा वो नंबर हैंडल करता है ना वो परसन उन्हें इदा इदा दसाया कि भाई इदा इदा मैसेज आया किसी कुड़ी का वह कहती कि मैं इतने विजिट भी करती हूँ सलाउन पर तो ना आह चीज़ हुई है कि सानू साढ़े ओनर ने घरों कड़ता सारा समान बाहर पिया साडा तो कुड़ी ने फोटो खिंच के भेजी मैं इतने फोटो अटैच करना तो असी वो कुड़ी ना नंबर लिया है ना गलबात की कुड़ी ना तो इतने मैं सब तो पहली चीज़ ये कहना चाहूँगा नो डाउट कुड़ी ने है ना बेशक हो सकता कुड़ी गलत हो सकता कुड़ी गलत कुछ मैं मान लिया कुड़ी गलत है ना बट ओनर पंजाबी सी है ना ओनर पंजाबी सी कुड़ी दे कुड़ी दी जे मैं कुड़ी दा कल्ला पक्क सुनिया है ना मैं ओनर नूं तां मिलिया नहीं मेरा जी करदा सी जाके एक बार मिल के उन्हां दा थोड़ा जलूस कढ गया वा
ਪਰ ਮੈਂ ਕਿਹਾ ਛੱਡ ਯਾਰ ਕੀ ਐਵੇਂ ਬਗਾਨੀ ਥਾਂ ਤੇ ਇੰਨਾ ਮੱਥਾ ਲਾਉਣਾ। ਤੇ ਗੱਲ ਕੀ ਹੋਈ ਹੈ ਨਾ, ਇੱਦਾਂ ਸਾਰਾ ਸਮਾਨ ਜਦੋਂ ਮੈਂ ਜਾ ਕੇ ਦੇਖਿਆ ਨਾ, ਕੁੜੀ ਦਾ ਮੈਸੇਜ ਆਇਆ ਕਿ ਵੀਰੇ ਇੱਦਾਂ ਇੱਦਾਂ ਕਿ ਆਹ ਸਿਚੁਏਸ਼ਨ ਹੋ ਗਈ ਆ, ਸਾਡੇ ਓਨਰ ਨੇ ਸਾਨੂੰ ਘਰੋਂ ਬਾਹਰ ਕੱਢਤਾ। ਵੀ ਅਸੀਂ ਬਾਹਰ ਗਏ ਸੀ, ਆਉਂਦੇ ਨੂੰ ਸਾਡਾ ਸਮਾਨ ਬਾਹਰ ਪਿਆ ਹੋਇਆ ਸੀ, ਸਾਨੂੰ ਫੋਟੋਆਂ ਖਿੱਚ ਕੇ ਭੇਜੀਆਂ ਉਹਨੇ ਕਿ ਆ ਦੇਖੋ ਸਾਡਾ ਸਮਾਨ ਪਿਆ, ਸਾਡਾ ਸਾਰਾ ਸਮਾਨ ਬਾਹਰ ਪਿਆ। ਤੇ ਸਾਡੇ ਕੋਲ ਅੱਧੇ ਘੰਟੇ ਦਾ ਟਾਈਮ ਆ, ਉਹ ਫਲੈਟ 'ਚ ਰਹਿੰਦੇ ਸੀ ਹਨਾ, ਤੇ ਕਹਿੰਦੇ ਸਿਕਿਉਰਿਟੀ ਵਾਲਾ ਕਹਿੰਦੇ ਵੀ ਉਹ ਕਹਿੰਦਾ ਕਿ ਅੱਧਾ ਘੰਟੇ ਦਾ ਟਾਈਮ ਆ ਵੀ ਆਪਦਾ ਸਮਾਨ ਚੱਕ ਲਓ। ਮਤਲਬ ਓਨਰ ਨੇ, ਜਿਹੜਾ ਓਨਰ ਸੀ ਹਨਾ ਉਹ ਅਪਾਰਟਮੈਂਟ ਦਾ, ਉਹਨੇ ਸਿਕਿਉਰਿਟੀ ਵਾਲੇ ਨੂੰ ਕਹਿਤਾ ਕਿ ਇਹ ਬੰਦੇ ਅੱਧੇ ਘੰਟੇ 'ਚ ਬਿਲਡਿੰਗ 'ਚੋਂ ਬਾਹਰ ਹੋਣੇ ਚਾਹੀਦੇ ਆ। ਤੇ ਉਹ ਕੁੜੀਆਂ ਵਿਚਾਰੇ ਰੋਂਦੀ ਧੋਂਦੀ ਨੇ ਸਾਡੇ ਨਾਲ ਗੱਲ ਕੀਤੀ ਹਨਾ, ਕਹਿੰਦੇ ਵੀਰੇ ਕੁਛ ਵੀ ਕਰ ਦਿਓ ਸਾਨੂੰ, ਬਸ ਆਹ 20 ਦਿਨਾਂ ਲਈ ਹਨਾ, 11 ਤਰੀਕ ਦੀ ਗੱਲ ਕਰ ਰਹੇ ਹਾਂ, ਇਹ ਤਾਂ ਮੇਰੇ ਹਿਸਾਬ ਨਾਲ 20 ਦੇ ਲਾਗੇ ਹੋ ਚੱਲੀ 19 ਵੀ, ਤੇ 11 ਤਰੀਕ ਹਨਾ ਕਿ ਵੀਰੇ ਕੁਝ ਵੀ ਕਰੋ ਸਾਨੂੰ ਇੱਕ ਵਾਰੀ ਇੱਥੋਂ ਕੱਢ ਕੇ ਸਾਨੂੰ ਵੇਖ ਲਓ ਕੋਈ ਰੂਮ ਰਾਮ ਲੱਭਦਾ। ਉਸ ਦਿਨ ਮੈਂ ਪਰਸਨਲੀ ਹਨਾ ਇੰਸਟਾਗ੍ਰਾਮ 'ਤੇ ਸਟੋਰੀ ਪਾਈ, ਬਟ ਪਰਸਨਲੀ ਲੋਕਾਂ ਦੇ ਬੂਹੇ ਖੜਕਾ ਕੇ ਅਸੀਂ ਕਿ ਉਹਨਾਂ ਵਾਸਤੇ ਘਰ ਪਤਾ ਹਨਾ ਕੀਤੇ, ਜਿੱਥੇ ਜਿੱਥੇ ਸਾਨੂੰ ਪਤਾ ਸੀ, ਤੁਰ ਤੁਰ ਕੇ ਬੂਹੇ ਖੜਕਾ ਕੇ, ਇੱਦਾਂ ਦਾ ਕੈਨੇਡਾ ਤੁਹਾਨੂੰ ਪਤਾ ਕੋਈ ਘਰ ਵੀ ਨਹੀਂ ਲੱਭਦਾ ਹੁੰਦਾ। ਤੇ ਸਾਨੂੰ ਵੀ ਹਨਾ ਬੜਾ ਬੁਰਾ ਲੱਗਾ, ਉਹਨਾਂ ਦਾ ਫੋਨ 'ਤੇ ਫੋਨ ਯਾਰ, ਅਸੀਂ ਵੀ ਸੋਚਿਆ। ਫਿਰ ਕਰ ਕਰਾ ਕੇ ਆਪਾਂ ਜਾਣ ਪਛਾਣ ਦੀ ਹਨਾ ਕੁੜੀ ਹੈਗੀ ਸੀ, ਉਹਦੇ ਨਾਲ ਗੱਲਬਾਤ ਕਰਕੇ ਉਹਨਾਂ ਕੋਲ ਰੂਮ ਸਿੰਘ ਪਿਆ ਸੀ, ਆਪਾਂ ਉੱਥੇ ਰੱਖਤਾ ਹਨਾ ਜਲਦੀ ਜਲਦੀ ਉਹਨਾਂ ਦਾ ਸਮਾਨ, ਆਪਾਂ ਮੈਂ ਉਹ ਵੀ ਕਲਿੱਪਾਂ ਥੋੜ੍ਹੀਆਂ ਬਹੁਤ ਮੇਰੇ ਕੋਲ ਪਈਆਂ, ਮੈਂ ਨਾਲ ਨਾਲ ਅਟੈਚ ਕਰੂੰਗਾ, ਕਰਕੇ ਉਹਨਾਂ ਦੀ ਮੂਵ ਕਰਵਾਤਾ ਹਨਾ। ਸੋ ਮੈਂ ਕਿਉਂ ਇਹ ਚੀਜ਼ਾਂ ਦੱਸ ਰਿਹਾ, ਨੋ ਡਾਊਟ ਆਪਾਂ ਨੂੰ ਹਨਾ ਇੱਥੇ ਬੜੇ ਪੁਰਾਣੇ ਪੁਰਾਣੇ ਲੋਕ ਨੇ, ਫੈਮਲੀਜ਼ ਨੇ ਜਿਹੜੇ ਆਪਾਂ ਨੂੰ ਦੇਖਦੇ ਨੇ, ਤੇ ਬਹੁਤ ਵਧੀਆ ਨੇ ਯਾਰ, ਉਹਨਾਂ ਨਾਲ ਸਾਡੀ ਗੱਲਬਾਤ ਵੀ ਹੁੰਦੀ ਆ ਹਨਾ। ਹੁਣ ਇੱਕ ਫੈਮਲੀ ਨਾਲ ਗੱਲਬਾਤ ਹੋ ਰਹੀ ਸੀ, ਉਹ ਉਹਨਾਂ ਨੇ ਨੰਬਰ ਲਿਆ ਸੀ ਹਨਾ, ਉਹ ਜਿੱਦਾਂ ਇਨਵਾਈਟ ਵੀ ਕਰ ਰਹੇ ਸੀ, ਤੇ ਕਿ ਬੈਠਦੇ ਹਾਂ ਡਿਨਰ ਵਗੈਰਾ ਕਰਦੇ ਹਨਾ, ਇੱਦਾਂ ਕਾਫੀ ਫੈਮਲੀਜ਼ ਦੇ ਨਾਲ ਇੱਥੇ ਲਿੰਕ, ਮਤਲਬ ਕਹਿ ਲਓ ਕਿ ਇੰਸਟਾਗ੍ਰਾਮ ਦੇ ਥਰੂ ਹਨਾ, ਯੂਟਿਊਬ ਦੇ ਥਰੂ ਬਣੇ ਆ ਕਾਫੀ ਜ਼ਿਆਦਾ, ਸਾਡੀ ਹੈਲਪ ਵੀ ਬਹੁਤ ਹੋਈ ਇਸ ਚੀਜ਼ਾਂ ਨੂੰ ਲੈ ਕੇ, ਸ਼ੁਰੂ ਤੋਂ ਲੈ ਕੇ ਹੁਣ ਤੀਕਰ ਸਾਡੀ ਇੰਨੀ ਕੁ ਹੈਲਪ ਹੋਈ ਆ ਕੋਈ ਹਿਸਾਬ ਵੀ ਨਹੀਂ। ਤੇ ਉਹ ਵੀ ਪੰਜਾਬੀ ਫੈਮਲੀ, ਮੇਰਾ ਰੀਜ਼ਨ ਇਹ ਆ ਕਿ ਹੋ ਸਕਦਾ ਕਿਤੇ ਨਾ ਕਿਤੇ ਕੋਈ, ਜੇ ਕੋਈ ਇੱਦਾਂ ਦਾ ਹਨਾ ਫੈਮਲੀ ਜੇ ਕੋਈ ਇੱਦਾਂ ਕਰਦੀ ਵੀ ਦੇਖ ਕੇ ਕੋਈ ਥੋੜ੍ਹੀ ਬਹੁਤ ਉਹਨਾਂ ਨੂੰ ਕੋਈ ਸ਼ੇਸ਼ ਚੀਜ਼ ਦੀ ਆਵੇ, ਕੁੜੀ ਨੇ ਜਿਹੜਾ ਆਪਦਾ ਪੱਖ ਦੱਸਿਆ ਉਹਦੇ ਮੁਤਾਬਕ ਤਾਂ ਕੁੜੀ ਸਹੀ ਆ, ਓਨਰ ਗਲਤ ਨੇ, ਉਹ ਸਿਰਫ ਕੁੜੀ ਦਾ ਪੱਖ ਸੀ ਹਨਾ। ਮੈਨੂੰ ਪਤਾ ਉਹ ਕੁੜੀ ਦੀ ਵੀ ਗਲਤੀ, ਕਹਿੰਦੇ ਹੁੰਦੇ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਆ, ਚੱਲ ਹਨਾ ਮੈਂ ਕਿਤੇ ਮੰਨ ਵੀ ਲਵਾਂ ਕੁੜੀ ਦੀ ਵੀ ਗਲਤ, ਮੈਂ ਮੰਨ ਲਾ 100% ਹੀ ਕੁੜੀ ਦੀ ਗਲਤੀ ਆ, ਪਰ ਥੋੜ੍ਹਾ ਜਿਹਾ ਆਪਣੇ ਦਿਮਾਗ 'ਤੇ ਜ਼ੋਰ ਪਾ ਕੇ ਦੇਖਣਾ ਚਾਹੀਦਾ ਕਿ ਐਡੀ ਵੀ ਕੋਈ ਤਕੜੀ ਗੱਲ ਨਹੀਂ ਹੋ ਜਾਂਦੀ ਕਿ ਤੁਸੀਂ ਰਾਤ ਸ਼ਾਮ ਦੇ 5 ਵਜੇ ਆ, ਮਹੀਨੇ ਦੀ 11 ਤਰੀਕ ਆ, ਤੁਸੀਂ ਉਹਨਾਂ ਦਾ ਸਾਰਾ ਸਮਾਨ ਕੱਢ ਕੇ ਬਿਲਡਿੰਗ ਦੇ ਬਾਹਰ ਰੱਖਤਾ, 2 ਕੁੜੀਆਂ ਇਕੱਲੀਆਂ ਹਨਾ ਇੱਥੇ, ਸਾਰਾ ਦਾ ਸਾਰਾ ਸਮਾਨ ਕੱਢ ਕੇ ਯਾਰ, ਤੁਹਾਡੀ ਐਡੀ ਵੀ ਕਿੱਡੀ ਕੁ ਵੱਡੀ ਗੱਲ ਹੋ ਗਈ ਹੋਣੀ ਕਿ ਤੁਸੀਂ ਆਪਣੇ ਘਰੋਂ ਸਾਰਾ ਸਮਾਨ ਚੱਕ ਕੇ ਉਹਨਾਂ ਦਾ ਬਾਹਰ ਸੁੱਟਤਾ, ਕੁੜੀਆਂ ਰੋਣ ਡਈਆਂ ਹਨਾ 2, ਅਤੇ ਉਹਦੇ ਵਿੱਚੋਂ ਕੁੜੀ ਦੀ ਨਾ ਇੱਕ ਭੈਣ ਸੀ, ਉਹਨੂੰ ਆਈ ਨੂੰ ਸਿਰਫ 1.5 ਮਹੀਨਾ ਹੋਇਆ ਸੀ, ਆਈ ਥਿੰਕ 1.5-2 ਕਿ 1 ਮਹੀਨਾ ਇੰਨਾ ਕੁ ਟਾਈਮ ਹੋਇਆ ਸੀ। ਅਤੇ ਮੈਂ ਖੁਦ ਸੋਚ ਸਕਦਾ ਕਿ 1.5 ਮਹੀਨਾ ਪਹਿਲਾਂ ਬੰਦਾ ਇੱਥੇ ਆਇਆ ਹੋਵੇ ਅਤੇ ਉਹਨਾਂ ਬਿਲਡਿੰਗ 'ਚੋਂ ਸਮਾਨ ਕੱਢ ਕੇ ਬਾਹਰ ਸੁੱਟਦਾ ਹੋਵੇ, ਖਾਸ ਕਰਕੇ ਕੁੜੀ ਦਾ, ਦਿਮਾਗ 'ਚ ਆਉਂਦਾ ਹੋਊਗਾ 2-4-5-6 ਮਹੀਨੇ ਤਾਂ ਬੰਦੇ ਦੇ ਇੱਥੇ ਸੈਟਿੰਗ ਹੀ ਨਹੀਂ ਆਉਂਦੀ, ਬੰਦਾ ਇਹੀ ਸੋਚ 'ਚ ਤੁਰਿਆ ਰਹਿੰਦਾ ਕਿ ਯਾਰ ਮੈਂ ਕਿੱਥੇ ਆ ਗਿਆ, ਜਦੋਂ ਐਡੇ ਪਰਿਵਾਰ ਨੂੰ ਛੱਡ ਕੇ ਆਉਣਾ, ਘਰ ਬਾਹਰ ਛੱਡ ਕੇ ਆਉਣਾ, ਬੰਦਾ ਇਹੀ ਸੋਚਣੀ 'ਚ ਤੁਰਿਆ ਫਿਰਦਾ ਰਹਿੰਦਾ ਕਿ ਹਾਂ ਮੈਂ ਕਿੱਥੇ ਆ ਗਿਆ। ਅਤੇ ਇੱਦਾਂ ਉਹ ਕੁੜੀ ਦਾ ਹਨਾ ਉਹ ਸਾਰੀ ਜ਼ਿੰਦਗੀ ਲਈ, ਹੁਣ ਆਉਂਦਿਆਂ ਨਾਲ ਪਹਿਲਾਂ ਬੰਦਾ ਇੱਥੇ ਕੰਮ ਕੁੰਮ ਦਾ ਵੈਸੇ ਮੰਦਾ ਚੱਲਦਾ, ਚੱਲ ਔਖਾ ਸੌਖਾ ਮਿਲੀ ਜਾਂਦਾ ਜਿਵੇਂ ਵੀ ਆ, ਉਹ ਪਹਿਲਾਂ ਹੀ ਬੰਦਾ ਡਿਪਰੈਸ਼ਨ 'ਚ ਹੁੰਦਾ, ਉਹ ਹੋਰ ਉਸ ਚੀਜ਼ ਨੂੰ ਲੈ ਕੇ ਡਿਪਰੈਸ਼ਨ 'ਚ ਜਾਂਦਾ ਯਾਰ। ਥੋੜ੍ਹੀਆਂ ਜਿਹੀਆਂ ਚੀਜ਼ਾਂ ਨੂੰ ਆਪਾਂ ਨੂੰ ਸੋਚਣ ਦੀ ਲੋੜ ਆ, ਪੰਜਾਬੀ ਹੋ ਕੇ ਆਪਾਂ ਪੰਜਾਬੀਆਂ ਦੀਆਂ ਜੜ੍ਹਾਂ ਵੱਢਣ 'ਤੇ ਲੱਗੇ ਹੋਏ, ਜੇ ਕੋਈ ਹੋਰ ਫੈਮਲੀ ਹੁੰਦੀ ਹੈ ਨਾ, ਮੈਂ ਨਹੀਂ ਕਹਿੰਦਾ ਸਾਰੇ ਹੀ ਇੱਦਾਂ ਦੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਹੁਤ ਚੰਗੇ ਤੋਂ ਚੰਗੇ ਪਰਿਵਾਰ ਵੀ ਨੇ ਜਿਹੜੇ ਇੱਥੇ ਪਹਿਲਾਂ ਦੇ ਆਏ ਨੇ, ਵਧੀਆ ਸੈਟਲ ਨੇ ਆਪਦਾ, ਬਹੁਤ ਹਨਾ ਕਰਦੇ ਵੀ ਨੇ, ਤੇ ਜਿਨ੍ਹਾਂ ਨਾਲ ਅਸੀਂ ਉਦਣ ਕਿਹਾ ਕਿ ਘਰ ਘਰ ਜਾ ਕੇ ਬੂਹਾ ਖੜਕਾਇਆ ਦੀਦੀ ਨੇ ਹਨਾ, ਇੱਥੇ ਉਹ ਵੀ ਇੱਥੇ ਜਿਨ੍ਹਾਂ ਨਾਲ ਆਪਾਂ ਪਹਿਲਾਂ ਰਹਿੰਦੇ ਵੀ ਸੀ, ਉਹਨਾਂ ਦੇ ਕੋਲ ਜਗ੍ਹਾ ਹੈਗੀ ਸੀ ਪਹਿਲਾਂ, ਇੱਕ ਦਿਨ ਪਹਿਲਾਂ ਉਹਨਾਂ ਦਾ ਮਤਲਬ ਰੈਂਟ ਲਾ ਗਏ ਸੀ ਜਿੱਦਾਂ ਵੀ ਆ, ਫਿਰ ਉਹ ਦੀਦੀ ਸਾਡੇ ਨਾਲ ਗਏ, ਦੀਦੀ ਨੂੰ ਆਪਣੀ ਗਲੀ ਦਾ ਪਤਾ ਸੀ ਸਾਰੀ ਦਾ ਹਨਾ, ਕਹਿੰਦੇ ਇਹਨਾਂ ਦੇ ਘਰੇ ਵੀ ਹੋ ਸਕਦੀ ਜਗ੍ਹਾ, ਇਹਨਾਂ ਦੇ ਘਰੇ ਵੀ ਦੀਦੀ ਸਾਡੇ ਨਾਲ ਗਏ, ਅਸੀਂ ਤਿੰਨੋਂ ਜਾਣੇ ਬੂਹੇ ਖੜਕਾ ਕਰਕੇ ਲੋਕਾਂ ਦੇ ਵੀ ਤੁਹਾਡੇ ਕੋਲ ਜਗ੍ਹਾ ਹੈਗੀ ਆ, ਅੱਜ ਹੁਣੇ ਦੀਦੀ ਵਾਲੀ ਚੀਜ਼ ਦੱਸਣ ਦਾ ਰੀਜ਼ਨ ਮੇਰਾ ਇਹ ਆ ਕਿ ਹਰ ਇੱਕ ਇੱਕੋ ਤਰ੍ਹਾਂ ਦਾ ਨਹੀਂ ਹੋਵੇ, ਬਹੁਤ ਪੁਰਾਣੇ ਨੇ ਇੱਥੇ, ਕੁਛ ਕੁ ਬੰਦੇ ਇੱਦਾਂ ਦੇ ਵੀ ਹੈਗੇ ਨੇ ਪੂਰੇ ਹੈਲਪ ਕਰਨ ਨੂੰ ਤਿਆਰ ਹੈ, ਉਹਨਾਂ ਨੇ ਘਰ ਰੈਂਟ ਮਤਲਬ ਦੇਤਾ ਸੀ ਆਪਦੀ ਬੇਸਮੈਂਟ ਥੱਲੇ, ਉਹਨਾਂ ਨੇ ਇੱਥੋਂ ਤੀਕਰ ਵੀ ਉਹਨਾਂ ਨੇ ਕਹਿਤਾ ਕਿ ਜਿਹੜੇ ਰੈਂਟਲ ਆ ਉਹਨਾਂ ਨੇ ਕੱਲ ਨੂੰ ਆਉਣਾ ਆ, ਤੁਸੀਂ ਅੱਜ ਸ਼ਾਮ ਤੀਕਰ ਜੇ ਨਹੀਂ ਵੀ ਕੁਛ ਹੱਲ ਹੁੰਦਾ ਨਾ ਤਾਂ ਇੱਥੇ ਐਡਜਸਟ ਕਰਾ ਲੈਣ, ਅੱਜ ਰਾਤ ਕੱਟ ਲੈਣ, ਕੋਈ ਨਹੀਂ ਸਵੇਰ ਤੱਕ ਕੋਈ ਜਗਾੜ ਜਿਵੇਂ ਵੀ ਆ ਵੀ ਰਾਤ ਤਾਂ ਕੱਟਣ ਆਪਣੀ। ਤੇ ਹੁਣ ਲੋਕੀ ਹਨਾ, ਚੱਲ ਜਿਨ੍ਹਾਂ ਨੇ ਕੱਢਣਾ ਸੀ ਕੱਢਤਾ, ਪਹਿਲੀ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹਨਾ ਇਹੋ ਜਿਹੇ ਕੰਮ ਕਰਦਿਆਂ ਨੂੰ, ਤੇ ਦੂਜੀ ਗੱਲ ਜਦੋਂ ਅਸੀਂ ਘਰ ਲੱਭਣਾ ਸਟਾਰਟ ਕੀਤਾ ਮਹੀਨੇ ਦੀ 11 ਤਰੀਕ ਨੂੰ ਸ਼ਾਮ ਨੂੰ ਨਾ, 20 ਦਿਨ ਰਹਿ ਗਏ,
ਕਹਿ ਰਹੇ ਕਿ ਅਸੀਂ $450 ਲਵਾਂਗੇ 20 ਦਿਨਾਂ ਦਾ। ਯਾਰ ਤੁਸੀਂ ਖੁਦ ਮੰਗ ਲਓ ਪੂਰੇ ਮੰਥ ਦਾ ਹਨਾ, ਤੇ 500 ਚ ਕਰ ਰਿਹਾ ਤੇ ਤੁਸੀਂ ਕਹਿ ਰਹੇ ਕਿ $450 ਲਵਾਂਗੇ 20 ਦਿਨਾਂ ਦਾ ਹਨਾ। ਤੇ ਇੱਕ ਮੇਨ ਇਸ਼ੂ ਕੀ ਪੈ ਗਿਆ, ਮੈਂ ਸਾਰੀ ਮਜਬੂਰੀ ਦੱਸੀ ਵੀ ਕਿ ਜਿੰਨਾ ਤੋਂ ਰੈਂਟ ਤੇ ਰਹਿੰਦੇ ਸੀ ਉਹਨਾਂ ਨੇ ਬਹੁਤ ਥੋੜਾ ਰੈਂਟ ਮੋੜਿਆ ਉਹਨਾਂ ਦਾ 20 ਦਿਨਾਂ ਦਾ, ਰੈਂਟ ਵੀ ਪੂਰਾ ਨਹੀਂ ਕਿ ਕਹਿ ਲਓ ਕਿ ਹਾਫ ਜਮਾ ਹੀ ਥੋੜਾ ਜਿਹਾ ਰੈਂਟ ਮੋੜਿਆ। ਮੈਨੂੰ ਦਿਮਾਗ, ਮੈਂ ਐਗਜੈਕਟ ਨਹੀਂ ਦੱਸ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਕਿੰਨੀ ਉਹਨਾਂ ਨੇ ਮੈਨੂੰ ਕਿਹਾ ਸੀ। ਫਿਰ ਅਸੀਂ ਕਰਾ ਕੇ ਹਨਾ ਜਿੱਥੇ 450, 450, 900 ਐਵੇਂ ਸਮਥਿੰਗ 900 ਕਿ 950 ਇੱਦਾਂ ਮੰਗ ਰਹੇ ਸੀ ਰੂਮ ਦਾ, 900 ਮੰਗਦੇ ਸੀ। ਫਿਰ ਹਨਾ ਮੈਂ ਗਾਂਹ ਦੀ ਗਾਂਹ ਜਾਣ ਪਛਾਣ 'ਚੋਂ ਲੱਭ ਕੇ ਕਰਾ ਕੇ ਉਹਨਾਂ ਨੇ ਚਲੋ 650 'ਚ 20 ਦਿਨਾਂ ਲਈ ਹਨਾ ਰੂਮ ਦਵਾ ਤਾ। ਬੇਸਮੈਂਟ ਦੇ ਵਿੱਚ 2 ਰੂਮ ਸੀ ਹਨਾ, ਇੱਕ ਪੂਰਾ ਖਾਲੀ ਸੀ, ਇੱਕ ਦੋਨਾਂ ਕੁੜੀਆਂ ਨੂੰ ਐਡਜਸਟ ਕਰਵਾ ਤਾ ਕਿ ਚਲੋ ਠੀਕ ਹੈ, ਇੰਨਾ ਕੁ ਜਾਇਜ਼ ਆ, ਚੱਲ ਕਿਤੇ ਨਾ ਕਿਤੇ ਮੈਂ ਮੰਨ ਲਾ ਕਿ ਓਕੇ ਆ, ਠੀਕ ਆ। ਪਰ ਤੁਸੀਂ ਹਨਾ ਪਹਿਲਾਂ ਤਾਂ ਫਸਟ ਪਰਸਨ ਦੀ ਗੱਲ ਕਰੋ, ਫਿਰ ਉਹ ਸੈਕਿੰਡ ਪਰਸਨ ਕੀ ਅਗਲੇ ਨੂੰ ਮਜਬੂਰੀ ਦੱਸ ਵੀ ਰਹੇ ਆ ਹਨਾ, ਤੇ ਉਹ ਫਿਰ ਵੀ ਅਗਲਾ ਕਹਿ ਰਿਹਾ ਮੈਂ ਤਾਂ ਇੰਨੇ ਲਊਂਗਾ ਠੋਕ ਕੇ ਹਨਾ 450, ਠੀਕ ਆ। ਪਰ ਮੇਰਾ ਕਹਿਣ ਦਾ ਮਤਲਬ ਇਹ ਯਾਰ, ਪੁਰਾਣੇ ਤੁਸੀਂ ਇੱਥੇ ਆਏ ਹੋਏ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਹਨਾ 12 ਗੋਲਾ ਹੋਈ ਨਾ, ਮੈਂ ਕੋਈ ਨਹੀਂ ਹੁੰਦਾ, ਗੋਰੀ ਹੁੰਦੇ ਕਿਤੇ ਕਾਲੇ ਹੁੰਦੇ ਆ, ਇਹ ਚੀਜ਼ਾਂ ਥੋੜੀਆਂ ਸੋਚਣ ਦੀ ਲੋੜ ਹੈ ਯਾਰ ਹਨਾ। ਇੱਕ ਤਾਂ ਪਹਿਲਾਂ ਮੰਦੇ ਚੱਲ ਰਹੇ, ਆਪਾਂ ਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ, ਅਤੇ ਆਪਾਂ ਆਪਣੀਆਂ ਜੜ੍ਹਾਂ ਵੱਢਣ 'ਤੇ ਹੋਏ ਹਾਂ, ਆਪਾਂ ਇੱਕ ਦੂਜੇ ਦੀ ਹੈਲਪ ਕਰਕੇ ਰਾਜੀ ਨਹੀਂ। ਫਿਰ ਉੱਦਣ ਅਸੀਂ ਅੱਧੀ ਰਾਤ ਨੂੰ ਕੁਛ ਨਹੀਂ ਖਾਧਾ ਪੀਤਾ, 3-4 ਵਜੇ ਦੀ ਇਸ ਚੀਜ਼ ਨੂੰ ਲੱਗੇ ਪਕਾਈ ਕਰਨਾ ਸੀ, ਕੁੜੀਆਂ ਦੀ ਮੂਵਿੰਗ ਕਰਾ ਕੇ ਮਿਲਦਾ 9-10 ਵਜੇ ਰਾਤ ਨੂੰ ਸਾਰਾ ਕੰਮ ਕਰਾ ਕੇ ਫਿਰ ਅਸੀਂ ਘਰੇ ਜਾ ਕੇ ਕੁਛ ਨਾ ਕੁਛ ਖਾਧਾ ਪੀਤਾ। ਗੱਲ ਇਹ ਆ, ਵੀਡੀਓ ਮੈਂ ਤਾਂ ਨਹੀਂ ਪਾ ਰਿਹਾ ਕਿ ਅਸੀਂ ਵੱਡੇ ਮਾਰ ਰਹੇ ਹਾਂ ਕਿ ਅਸੀਂ ਹੈਲਪ ਕੀਤੀ ਹਨਾ, ਇੱਦਾਂ ਹੋਰ ਬਹੁਤ ਜਣਿਆਂ ਦੀ ਹੈਲਪ ਕੀਤੀ ਆ, ਪਰ ਅੱਜ ਤੱਕ ਕਦੀ ਇੱਦਾਂ ਹਨਾ ਸ਼ੋਅ ਨਹੀਂ ਕਰਾਇਆ। ਜ਼ਰੂਰੀ ਨਹੀਂ ਇਕੱਲਾ ਮੂਵਿੰਗ ਕਰੋ, ਹੋਰ ਵੀ ਕਾਫੀ ਚੀਜ਼ਾਂ ਹੁੰਦੀਆਂ ਨੇ ਹਨਾ ਹੈਲਪ ਕਰਨ ਨੂੰ, ਇੱਥੇ ਬਹੁਤ ਕੀਤੀ ਆ। ਪਰ ਇਹ ਨਹੀਂ ਕਿ ਆਪਾਂ ਉਹ ਹਰ ਇੱਕ ਚੀਜ਼ ਦਾ ਆਪਾਂ ਵਲੋਗ ਬਣਾ ਦਿੰਦੇ ਹਾਂ, ਹਰ ਇੱਕ ਚੀਜ਼ ਦੀ ਵੀਡੀਓ ਬਣਾ ਦਿੰਦੇ ਹਾਂ ਕਿ ਅੱਜ ਅਸੀਂ ਇੱਥੇ ਹੈਲਪ ਕਰਨ ਗਏ ਹਾਂ ਜੀ, ਜਾਂ ਅੱਜ ਅਸੀਂ ਇੱਥੇ ਕੁਛ ਡੋਨੇਟ ਕੀਤਾ ਜਾਂ ਕੁਛ ਵੀ, ਵਟਐਵਰ ਜੋ ਵੀ ਲਾ ਲਓ ਤੁਸੀਂ। ਬਸ ਇਹ ਵੀਡੀਓ ਹਨਾ ਮੇਰਾ ਪਾਉਣ ਦਾ ਰੀਜ਼ਨ ਇਹ ਸੀ ਕਿ ਹੋ ਸਕਦਾ ਜੇ ਉਹਨਾਂ 'ਚੋਂ ਕੋਈ ਇੱਕ ਅੱਧਾ ਜਣਾ ਵੀ ਵੇਖਦਾ ਹੋਵੇ, ਕਿਸੇ ਇੱਕ ਅੱਧੇ ਨੂੰ ਹੀ ਥੋੜ੍ਹੀ ਜਿਹੀ ਇਹ ਚੀਜ਼ 'ਤੇ ਆਪਾਂ ਨੂੰ ਸੋਚਣਾ ਚਾਹੀਦਾ ਹਨਾ। ਅਤੇ ਕੋਈ ਆਹੀ ਆ ਹਨਾ, ਮੈਂ ਤਾਂ ਇਹੀ ਕਹਿ ਸਕਦਾ ਕਿ ਥੋੜ੍ਹਾ ਬਹੁਤ ਸੋਚਿਆ ਕਰੋ, ਆਪਾਂ ਜ਼ਿਆਦੀਆਂ ਗੱਲਾਂ ਨਹੀਂ ਕਰਦੇ, ਤੁਸੀਂ ਵੀ ਬੋਰ ਹੋ ਜਾਓਗੇ। ਅਤੇ ਚੱਲਦੇ ਹਾਂ ਘਰੇ, ਅੱਜ ਅਸੀਂ ਥੋੜ੍ਹਾ ਬਾਹਰ ਆਏ ਹੋਏ ਕਾਹੀ ਲੋ। ਬਾਏ। ਅਤੇ ਮੇਕ ਸ਼ੋਰ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਜਿਨ੍ਹਾਂ ਨੇ ਹਨਾ ਸੂਟ ਸਾਟ ਔਡਰ ਕਰ ਰਹੇ ਹੁਣ ਕੁੜੀਓ, ਕੈਨੇਡਾ, ਕਨੇਡਾ, ਆਸਟ੍ਰੇਲੀਆ, ਅਮੈਰੀਕਾ, ਨਿਊਜ਼ੀਲੈਂਡ, ਲੰਡਨ, UK, ਸਾਰੇ ਇੱਕੋ ਹੀ ਆਉਂਦੇ ਘੁੰਮ ਲਾ ਕੇ, ਕਿਤੇ ਵੀ ਤੁਸੀਂ ਔਡਰ ਕਰ ਸਕਦੇ ਹਾਂ। ਪੰਜਾਬ 'ਚ ਤਾਂ ਤੁਸੀਂ ਕਰ ਹੀ ਸਕਦੇ ਹਨਾ, ਅਤੇ ਪਹਿਰਾਵਾ ਬਾਏ ਹੰਮੋ ਵਾਲਾ ਪੇਜ, ਅਤੇ ਬਾਕੀ ਗਲੈਮ ਬਾਏ ਨਾਂ ਵਾਲਾ ਹਨਾ ਸਲੋਨ ਵਾਲਾ ਪੇਜ ਵੀ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹਾਂ। ਅਤੇ ਚੱਲਦੇ ਹਾਂ ਘਰੇ, ਹਜੇ ਅਸੀਂ ਥੋੜ੍ਹਾ ਮਤਲਬ ਆਪਣੇ ਟਾਊਨ ਤੋਂ ਬ੍ਰੈਮਟਨ ਤੋਂ ਬਾਹਰ ਹੀ ਜਾਂਦੇ ਹਾਂ, ਸਾਨੂੰ 1.5-2 ਘੰਟੇ ਲੱਗ ਗਏ ਨੇ। ਅਤੇ ਚਲੋ ਮਿਲਦੇ ਹਾਂ ਕਿਸੇ ਨਵੇਂ ਵਲੋਗ ਦੇ ਵਿੱਚ, ਅਤੇ ਮੇਕ ਸ਼ੋਰ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਜੇ ਕੋਈ ਦੇ ਸਾਡੀ ਵੀਡੀਓ ਨਾ, ਅਸੀਂ ਇਹ ਨਹੀਂ ਕਹਿੰਦੇ ਅਸੀਂ ਬੜੇ ਵੱਡੇ ਹਾਂ, ਛੋਟੇ ਅਸੀਂ, ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਉਹਨਾਂ ਤੋਂ ਬਹੁਤ ਛੋਟੇ ਹਾਂ, ਪਰ ਸ਼ਾਇਦ ਕਿਤੇ ਸਾਡੀ ਗੱਲ ਖਾਨੇ 'ਚ ਪੈ ਜੇ ਹਨਾ। ਮੈਂ ਨਹੀਂ ਕਹਿੰਦਾ ਅਸੀਂ ਕੁਛ ਸਮਝਾਇਆ, ਮੈਂ ਸਿਰਫ ਸਿਚੁਏਸ਼ਨ ਦੱਸੀ ਆ, ਹੋ ਸਕਦਾ ਉਹਨਾਂ ਨੂੰ ਸਿਚੁਏਸ਼ਨ ਸਮਝ ਕੇ ਹੀ ਥੋੜ੍ਹਾ ਜਿਹਾ ਮਾਇੰਡ 'ਤੇ ਆ ਜਾਏ ਕਿ ਯਾਰ ਵਾਕਈ ਆਹ ਚੀਜ਼ ਹਨਾ ਗਲਤ ਆ, ਇਹ ਚੀਜ਼ਾਂ ਜੇ ਆਪਾਂ ਵੀ ਗੱਲ ਨੂੰ ਜਾਂ ਕੁਝ ਵੀ ਕਿਤੇ ਕੁਛ ਵੀ ਯਾਰ ਵਟ ਐਵਰ ਜੋ ਵੀ ਲਾ ਲਓ। ਅਤੇ ਚਲੋ ਠੀਕ ਆ, ਆਪਾਂ ਚੱਲਦੇ ਹਾਂ, ਬਾਏ।